सत श्रीकाल दोस्तों, तुसी फेमस पंजाब टीवी नूं देखना शुरू कर चुके हो और पोता जसवंत कौर दा एक बार फिर जस्ट आई एम स्टूडेंट लैके हाज़र है, जाने के सिनेमाघरों के सिद्धू मूसेवाले बाई की एक नवी फिल्म होर आ चुकी है। इस तो पहले उन्होंने हुणे हुणे इसे मंथ के फिल्म आई सी मूसा जट और दर्शकों ने उन्हें भी बहुत प्यार सत्कार दिता है। सो हुण जस्ट आई एम स्टूडेंट उफ मूवी साढ़े सारे सिनेमाघरों के लग चुकी है। सो जाना कि लोगों को कि उन्होंने स्टोरी किवें दी लगी और उन्हों की एक्टिंग किदा लगी, नाल उन्होंने मैंडी तखड़ मैम ने काम किया है, सो उन्होंने एक्ट किदा लगी, जोड़ी किदा दी लगती है, म्यूजिक किदा दा है, सो सारी गल्लां करांगे लोगों के नाल। आओ कर दें गल्ला। हाँ जी भाई, किदा लगी फिल्म भाजी? भाजी फिल्म बहुत वधिया जी। हाँ जी, किदा स्टोरी किदा लगी भाजी? हाँ जी वधिया सी स्टोरी। अपने तन भाजी अपने घर लैके आने। सिद्धू भाई लगी? हाँ जी भाई, वधिया लगी भीर जी। ठीक है, मैम ने पहली बार काम किया सिद्धू भाई नाल। मैं भीर इतने 7-8 महीने बाद मूवी देखी आ, मैं अमेरिका तो आया भीर, बहुत वधिया लगी भाई। स्टोरी कैसी लगी? बहुत वधिया भाई, स्टोरी फैमिली देखने वाली आ, स्टोरी बहुत वधिया। म्यूजिक कैसा लगा भाई फिल्म का? वधिया लगा भीर, बहुत वधिया। पंज विचों कितने स्टार दोगे भाई? हाँ जी, पंज विचों कितने स्टार दोगे? मैं पंज दे विचों भीर 4 स्टार दूंगा। ठीक है, थैंक यू भाई, थैंक यू भाई। बहुत वधिया जी, स्टूडेंट लाइफ में बहुत वधिया दस्या आ, जिदा जाके उत्थे वो मुसीबतां फेस करदे आ जी, बाई ने बहुत वधिया डिस्क्राइब की जी। क्या बात है भाजी, ते कितनी एक्टिंग की है सिद्धू भाई ने, उन्हें एक्टिंग कितना लगी भाजी? बहुत वधिया है जी, हजे नवे आ, चलो कह नहीं सकते, बट फिर भी बहुत वधिया है। ते मैंडी मैम दा काम कितना लगा भाजी? वो तो थानू पता ही है जी। जोड़ी कितना वधिया लग रहा है? बहुत वधिया है जी जी। हाँ जी, ते पंज विचों किन्ने स्टार दोगे भाजी फिल्म नूं? पंजे ही है जी। ठीक है भाई, थैंक यू भाई, थैंक यू। ओके, थैंक यू भाई। ਕਿਦਾਂ ਲੱਗੀ ਫਿਲਮ ਜੀ? ਬਹੁਤ ਵਧੀਆ, ਬਹੁਤ ਘੈਂਟ ਸੀ ਭਾਈ। ਕਿਦਾਂ ਲੱਗਾ ਭਾਈ ਮੈਲੋਂ ਦਾ 뮤직 ਕਿਦਾਂ ਲੱਗਾ ਭਾਈ? ਬਹੁਤ ਐਂਡ ਲੈਵਲ ਆ, ਕਿਦਾਂ ਗਾਣੇ ਘੈਂਟ ਆ ਸਾਰੇ? ਬਹੁਤ ਘੈਂਟ। ਤੇ ਸਟੋਰੀ ਕਿਦਾਂ ਲੱਗੀ ਭਾਜੀ? ਸਟੋਰੀ ਵਧੀਆ, ਸਟੂਡੈਂਟ ਲਾਈਫ ਤੇ ਆ, ਜਿੱਦਾਂ ਬਾਹਰ ਜੋ ਵੀ ਚੱਲਦਾ ਹਨਾ, ਕੋਈ ਕੁਛ ਹੋਇਆ ਵੀ ਹਾਰਡ ਵਰਕ ਜਿੱਦਾਂ ਕੀਤਾ, ਹਾਰਡ ਵਰਕਰ ਹੋਇਆ ਯਾਰ, ਬਹੁਤ ਵਧੀਆ। ਸਹੀ ਹੈ ਭਾਈ, ਐਕਟਿੰਗ ਕਿਦਾਂ ਸਿੱਧੂ ਭਾਈ ਦੀ? ਵਧੀਆ ਲੱਗਦੀ, ਬਹੁਤ ਵਧੀਆ ਭਾਈ। ਨਾਲ ਮੈਂਟੀ ਮੈਮ ਨੇ ਕੰਮ ਕੀਤਾ, ਜੋੜੀ ਕਿਦਾਂ ਲੱਗਦੀ ਸੀ ਭਾਜੀ? ਬਾਲੀ ਘੈਂਟ ਲੱਗ ਰਹੀ ਹੈ, ਬਾਲੀ ਬੰਬ। ਠੀਕ ਹੈ ਭਾਈ, ਪੰਜ ਵਿੱਚੋਂ ਕਿੰਨੇ ਸਟਾਰ ਦੋਗੇ ਭਾਜੀ? ਪੰਜੇ ਹੀ ਆ ਬਾਈ। ਠੀਕ ਹੈ ਬਾਈ, ਥੈਂਕ ਯੂ ਬਾਈ। ਬਾਈ ਕਿੱਦਾਂ ਲੱਗੀ ਫਿਲਮ? ਸਿਰਾ ਐਂਡ ਕਰਤੀ ਭਾਜੀ, ਐਂਡ ਕਰਤੀ। ਹੋਰ ਠੀਕ ਹੈ ਭਾਜੀ, ਅਤੇ ਫਿਲਮ ਦਾ ਮਿਊਜ਼ਿਕ ਕਿੱਦਾਂ ਲੱਗਾ ਭਾਜੀ? ਬਹੁਤ ਘੈਂਟ ਭਾਜੀ, ਗੱਲਬਾਤ ਐਂਡ ਐਨ ਪੂਰੀ, ਗਾਣੇ ਕਿੱਦਾਂ ਘੈਂਟ ਸਾਰੇ? ਵਾਹ, ਪੂਰਾ ਨਜ਼ਾਰਾ ਲਿਆ ਸਟੋਰੀ ਕਿੱਦਾਂ ਲੱਗੀ ਭਾਜੀ? ਭਾਜੀ ਐਂਡ ਪੂਰੀ ਗੱਲਬਾਤ ਆ, ਐਂਡ ਗੱਲਬਾਤ, ਨਜ਼ਾਰਾ ਲਿਆ ਤਾ ਭਾਜੀ। ਕਿਆ ਬਾਤ ਹੈ, ਥੈਂਕ ਯੂ ਭਾਜੀ। ਠੀਕ ਲੱਗੀ ਫਿਲਮ ਭਾਜੀ? ਫਿਲਮ ਬਹੁਤ ਵਧੀਆ ਆ ਜੀ, ਬਹੁਤ ਵਧੀਆ ਐਕਟਿੰਗ ਆ, ਸਿੱਧੂ ਭਾਜੀ ਦਾ ਐਕਟਿੰਗ ਵਧੀਆ ਆ, ਅਸੀਂ ਫੈਨ ਸਿੱਧੂ ਭਾਜੀ ਦੇ ਆ। ਮਹਿੰਦੀ ਤੱਕੜ ਦੀ ਐਕਟਿੰਗ ਦਾ ਕਿਆ ਬਾਤ ਆ, ਤੇ ਜੋੜੀ ਕਿੱਦਾਂ ਲੱਗਦੀ ਸੀ ਭਾਜੀ? ਜੋੜੀ ਮੈਂ ਕਿਹਾ ਵਿਆਹ ਕਰਾਉਣਾ ਚਾਹੀਦਾ ਇਹਨਾਂ ਨੂੰ। ਨਹੀਂ ਨਹੀਂ, ਬਹੁਤ ਵਧੀਆ ਫਿਲਮ ਸੀ, ਐਨ ਸਿਰਾ ਆ। ਤੇ ਫਿਲਮ ਦਾ ਮਿਊਜ਼ਿਕ ਕਿੱਦਾਂ ਲੱਗਾ ਭਾਜੀ? ਮਿਊਜ਼ਿਕ ਸਾਰਾ ਵਧੀਆ, ਸਿੱਧੂ ਦੇ ਪਹਿਲੇ ਵੀ ਗਾਣੇ ਸੁਣੇ ਸੀ, ਐਨ ਵਧੀਆ ਮਿਊਜ਼ਿਕ ਆ, ਚੱਲਦੇ ਰਿਪੀਟ ਦੇ ਚੱਲਦੇ, ਮੈਂ ਕਿਹਾ ਐਨ ਹੀ ਵੱਜੂਗੇ ਐਤ ਕੇ ਸਾਰਾ ਸਾਲ। ਕਿਆ ਬਾਤ, ਹੋਰ ਭਾਜੀ ਵਧੀਆ ਵਧੀਆ ਭਾਜੀ। ਪੰਜ ਵਿੱਚੋਂ ਕਿੰਨੇ ਸਟਾਰ ਦੋਗੇ? ਪੰਜਾਂ ਵਿੱਚੋਂ ਪੰਜੇ ਭਾਜੀ। ਠੀਕ ਹੈ ਭਾਜੀ, ਕਿਉਂਕਿ ਫਿਲਮ ਦੇ ਹਿਸਾਬ ਨਾਲ ਬਹੁਤ ਵਧੀਆ ਫਿਲਮ ਆ, ਜਿੰਨੀ ਪਹਿਲਾਂ ਫਿਲਮ ਦੇਖੀ ਆ ਉਹ ਤੋਂ ਕਿਤੇ ਹਟ ਕੇ ਆ ਫਿਲਮ ਜੀ ਜੀ, ਜਾਣੀ ਕਿ ਵਧੀਆ ਐਕਟਿੰਗ ਹੈ, ਸਭ ਕਿਰਦਾਰ ਵਧੀਆ ਆ, ਸਭ ਕੁਝ ਵਧੀਆ ਹੈ ਭਾਜੀ। ਠੀਕ ਹੈ ਭਾਜੀ, ਹਾਂਜੀ, ਥੈਂਕ ਯੂ ਭਾਜੀ, ਥੈਂਕ ਯੂ। ਹਾਂਜੀ ਦੋਸਤੋ, ਸਾਰੇ ਲੋਕ ਫਿਲਮ ਦੇਖ ਕੇ ਆਏ, ਸਾਰਿਆਂ ਨੇ ਇਹੀ ਕਿਹਾ ਕਿ ਫਿਲਮ ਬਹੁਤ ਵਧੀਆ ਆ, ਫਿਲਮ ਦੀ ਸਟੋਰੀ ਬਹੁਤ ਵਧੀਆ ਆ, ਸਿੱਧੂ ਭਾਈ ਦੀ ਐਕਟਿੰਗ ਔਰ ਨਾਲ ਮੈਂਡੀ ਮੈਮ ਦੀ ਐਕਟਿੰਗ ਜਿਹੜੀ ਹੈ ਬਹੁਤ ਵਧੀਆ, ਜੋੜੀ ਸੋਹਣੀ ਲੱਗਦੀ ਸੀ, ਕਈਆਂ ਨੇ ਇੱਦਾਂ ਵੀ ਕਹਿ ਦਿੱਤਾ ਕਿ ਦੋਨਾਂ ਨੂੰ ਵਿਆਹ ਕਰਵਾ ਲੈਣਾ ਚਾਹੀਦਾ ਆ, ਤੋ ਸਾਰਿਆਂ ਨੂੰ ਇਹੀ ਅਪੀਲ ਆ ਕਿ ਆ ਕੇ ਤੁਸੀਂ ਵੀ ਸਿਨੇਮਾਘਰਾਂ ਦੀ ਰੌਣਕ ਨੂੰ ਵਧਾਓ। ਸਾਰਿਆਂ ਨੇ ਕਿਹਾ ਕਿ ਫਿਲਮ ਦੀ ਜਿਹੜੀ ਸਟੋਰੀ ਆ ਸਟੂਡੈਂਟ ਲਾਈਫ ਦੇ ਉੱਤੇ ਆ, ਕਿ ਕਿੰਨਾ ਸੰਘਰਸ਼ ਕਰਦੇ ਆ, ਕਿੱਦਾਂ ਉੱਥੇ ਮਿਹਨਤ ਕਰਦੇ, ਸ਼ਿਫਟਾਂ ਲਾਉਂਦੇ ਆ, ਕਈ ਵਾਰੀ ਸਾਡੇ ਲੋਕ ਉਹਨਾਂ ਦੀ ਕਹਿ ਲਓ ਕਿ ਕਮਾਈ ਵੀ ਰੱਖ ਲੈਂਦੇ ਆ, ਉਹਨਾਂ ਦੀ ਜਿਹੜੀ ਉਹ ਮਿਹਨਤ ਬਣਦੀ ਆ ਪੂਰੀ ਨਹੀਂ ਦਿੰਦੇ, ਸੋ ਉਹ ਸਾਰੀ ਇਸ ਮੁੱਦੇ ਦੇ ਨੇੜੇ ਨੇੜੇ ਘੁੰਮਦੀ ਹੈ, ਫਿਲਮ ਦਾ ਸਟੋਰੀ ਹੈ ਜੀ। ਸੋ ਤੁਸੀਂ ਸਾਰੇ ਜਣੇ ਆਓ ਸਿਨੇਮਾਘਰਾਂ ਦੀ ਰੌਣਕ ਨੂੰ ਵਧਾਓ। ਸੋ ਹੁਣ ਤੁਹਾਨੂੰ ਮਿਲਦੇ ਆ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ, ਉਦੋਂ ਤੱਕ ਦੇਖਦੇ ਰਹੋ ਤੁਸੀਂ ਫੇਮਸ ਪੰਜਾਬ ਟੀਵੀ। ਸਤਿ ਸ਼੍ਰੀ ਅਕਾਲ।